ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਇੱਕ ਨਵੀਂ ਕਲਮ ਦੇ ਨਾਲ ਹਾਜ਼ਰ ਹੈ ਜੀ। ਦੋਸਤੋ, ਅੱਜ ਦੀ ਲਿਖਤ ਬੇਅੰਤ ਬਰੀਵਾਲਾ ਹੋਰਾਂ ਦੀ ਕਲਮ ਤੋਂ, ਉਹਨਾਂ ਸਾਰੇ ਪੁੱਤਰਾਂ ਦੇ ਨਾਮ ਜੋ ਭਰ ਜਵਾਨੀ ਵਿੱਚ ਰੋਂਦੀਆਂ ਵਿਲਕਦੀਆਂ ਮਾਵਾਂ ਨੂੰ ਛੱਡ ਕੇ ਤੁਰ ਗਏ। ਤਾਂ ਪੇਸ਼ ਹੈ ਅੱਜ ਦੀ ਇਹ ਲਿਖਤ। ਤਿੰਨਾਂ ਧੀਆਂ ਤੋਂ ਬਾਅਦ ਜੰਮਿਆ ਹੋਣ ਕਰਕੇ ਸਾਰੇ ਹੀ ਬਹੁਤ ਮੋਹ ਕਰਦੇ ਸੀ ਉਹਦਾ। ਮਾਂ ਤਾਂ ਬਿੰਦ ਵੀ ਨਹੀਂ ਸੀ ਪਾਸੇ ਕਰਦੀ, ਅਤੇ ਜੇ ਕਿਤੇ ਉਹਨੇ ਬਿਮਾਰ ਹੋਣਾ ਭੱਜੇ ਜਾਣਾ ਸਾਰਿਆਂ ਨੇ ਡਾਕਟਰ ਕੋਲ, ਅਤੇ ਉਹ ਵੀ ਬਾਲਾ ਡਰਾਕੂ ਜਿਹਾ ਸੀ। ਟੀਕੇ ਨੂੰ ਵੇਖ ਕੇ ਤਾਂ ਚੀਕਾਂ ਛੱਡ ਦਿੰਦਾ ਸੀ, ਸਰਿੰਜ ਦੀ ਸੂਈ ਤੋਂ ਤਾਂ ਭੈੜਾ ਬਾਲਾ ਹੀ ਡਰਦਾ ਸੀ। ਡਾਕਟਰ ਨੂੰ ਪਹਿਲਾਂ ਹੀ ਕਹਿ ਦਿੰਦਾ, ਜੀ ਪੀਣ ਵਾਲੀ ਦਵਾਈ ਜਾਂ ਗੋਲੀਆਂ ਦੇ ਦਿਓ, ਪਰ ਟੀਕਾ ਨਾ ਲਾਇਓ। ਜੇ ਕਿਤੇ ਟੀਕਾ ਲਾਉਣਾ ਪੈਂਦਾ ਤਾਂ ਪੂਰੀ ਦੁਕਾਨ ਸਿਰ 'ਤੇ ਚੱਕ ਲੈਂਦਾ ਸੀ, ਫਿਰ ਇੱਕ ਜਣਾ ਹੱਥ ਫੜਦਾ ਅਤੇ ਇੱਕ ਜਣਾ ਲੱਤਾਂ, ਫਿਰ ਕਿਤੇ ਜਾ ਕੇ ਲਾਉਂਦਾ ਸੀ ਡਾਕਟਰ ਟੀਕਾ। ਅਤੇ ਅੱਜ ਕੂੜੇ ਦੇ ਢੇਰ ਕੋਲ ਉਹਦੀ ਲਾਸ਼ ਪਈ ਸੀ। ਸੱਜੇ ਹੱਥ ਨਾਲ ਖੱਬੀ ਬਾਂਹ ਦੀ ਨਾੜ 'ਚ ਸਰਿੰਜ ਦੀ ਸੂਈ ਖਬੋਈ ਹੋਈ, ਅਤੇ ਹਰ ਜਗ੍ਹਾ ਸਰਿੰਜਾਂ ਦੀਆਂ ਸੂਈਆਂ ਦੇ ਨਿਸ਼ਾਨ। ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਇਹ ਉਹੀ ਆ ਜੋ ਸਰਿੰਜ ਦੀ ਸੂਈ ਤੋਂ ਇੰਨਾ ਡਰਦਾ ਸੀ। ਦੋਸਤੋ, ਸਾਡੀ ਇਹ ਰਚਨਾ ਮਰੋ ਜਾਂ ਵਿਰੋਧ ਕਰੋ ਮੁਹਿੰਮ ਦੇ ਸਮਰਥਨ ਨੂੰ ਸਮਰਪਿਤ ਹੈ। ਵੱਧ ਤੋਂ ਵੱਧ ਸ਼ੇਅਰ ਕਰਨਾ। ਅਗਲੀ ਵਾਰੀ ਫਿਰ ਇੱਕ ਨਵੀਂ ਕਲਮ ਦੇ ਨਾਲ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।